बुखार हो गए सरकारी हस्पताल ਮਰੀਜ਼ਾਂ ਦਾ ਸਹੀ ਇਲਾਜ ਹੁੰਦਾ ਨਹੀਂ ਸਰ ਸਹੀ ਇਲਾਜ ਹੋ ਰਿਹਾ ਲੋਕਾਂ ਚ ਅਵੇਅਰਨੈਸ ਨਹੀਂ ਹੈ ਐਕਚੁਅਲੀ ਕੀ ਹੈ ਜਿਹੜੇ ਬੰਦੇ ਉਰੇ ਲੇਟ ਆ ਰਹੇ ਜਿਹੜੇ ਘਰੇ ਬਹਿ ਕੇ ਹੋਮ ਰੈਮਡੀਜ਼ ਲੈ ਰਹੇ ਹੈ ਕਿਉਂਕਿ ਜਦੋਂ ਉਹਨਾਂ ਨੂੰ ਚੈੱਕ ਕਰਵਾਉਣਾ ਚਾਹੀਦਾ ਨਾਲ ਦੀ ਨਾਲ ਹੋਸਪਿਟਲ ਐਡਮਿਟ ਹੋਣਾ ਚਾਹੀਦਾ ਤੇ ਕਿਉਂਕਿ ਦੇਖੋ ਦਵਾਈ ਤੇ ਨਾ ਪ੍ਰਾਈਵੇਟ ਹੋਸਪਿਟਲ ਵਾਲਿਆਂ ਕੋਲ ਹੈਗੀ ਹੈ ਕਿਸੇ ਨੇ ਬਣਾਈ ਨਹੀਂ ਅੱਜ ਤੱਕ ਕਰੋਨਾ ਦੀ ਜੋ ਦਵਾਈਆਂ ਉਹ ਦੇ ਰਹੇ ਉਹ ਹੀ ਇੱਥੇ ਦੇ ਰਹੇ ਹੈ ਸਗੋਂ ਉਹਦਾ ਕੇਅਰ ਹੋ ਰਹੀ ਹੈ ਖਾਣਾ ਮਿਲ ਰਿਹਾ ਸਾਰਾ ਕੁਝ ਮਿਲ ਰਿਹਾ ਲੋਕਾਂ ਚ ਗੁਆ ਅਸੀਂ ਵੀ ਸੁਣ ਰਹੇ ਹਾਂ ਪਤਾ ਨਹੀਂ ਕਿਉਂ ਸਾਨੂੰ ਸਾਰਾ ਕੁਝ ਵੀ ਮਿਲ ਰਿਹਾ ਅੰਦਰ ਦੀ ਕੋਈ ਇਸ਼ੂ ਨਹੀਂ ਹੈਗਾ ਜੀ ਅਸੀਂ ਲੋਕਾਂ ਨੂੰ ਵੀ ਇਹੀ ਬੇਨਤੀ ਕਰਾਂਗੇ ਵੀ ਉਰੇ ਆਓ ਤੁਸੀਂ ਕਮਰੇ ਏਸੀ ਲੱਗੇ ਹੋਏ ਆ ਹਰ ਚੀਜ਼ ਫੈਸਿਲਿਟੀ ਹੈਗੀ ਹੈ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਵਿਲ ਪਾਵਰ ਚਾਹੀਦੀ ਉਰੇ ਆ ਕੇ ਆਪਣੀ ਜਿਵੇਂ ਫੈਮਿਲੀ ਚ ਰਹਿੰਦੇ ਆ ਤਾਂ ਫੈਮਿਲੀ ਚ ਰਹਿਣਾ ਚਾਹੀਦਾ ਜੀ ਓਕੇ ਜੀ ਥੈਂਕ ਯੂ ਸਰ ਥੈਂਕ ਯੂ Thank you.